2020 ਵਾਲੀ ਹੀ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਹੈ, ਕਿਉਂਕਿ 6-6 ਮਹੀਨੇ ਦਾ ਰਾਸ਼ਨ ਜਿਹੜਾ ਵਾ ਉਹ ਕਿਸਾਨ ਲੈ ਕੇ ਨਾਲ ਚੱਲ ਪਏ ਨੇ, ਔਰ ਇੱਕ ਇੱਕ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ। ਇਹ ਰਜਿੰਦਰ ਨੂੰ ਕਹੂੰਗਾ ਕਿ ਤਸਵੀਰ ਦਿਖਾਓ ਕਿ ਇੱਕ ਇੱਕ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ, ਔਰ ਖਾਸ ਤੌਰ ਦੇ ਉੱਤੇ ਕਿਸ ਤਰੀਕੇ ਨਾਲ, ਜਿਵੇਂ ਪਹਿਲਾਂ ਤਰਪੈਲਾਂ ਵਿਛਾਈਆਂ ਸੀ ਔਰ ਤਰਪੈਲਾਂ ਤੇ ਥੱਲੇ ਰਾਸ਼ਨ ਔਰ ਵਿੱਚ ਬਜ਼ੁਰਗ ਨੌਜਵਾਨ ਜਿਹੜੇ ਮੁੰਡੇ ਨੇ ਉਹ ਟਰੈਕਟਰ ਚਲਾ ਰਹੇ ਸੀਗੇ, ਔਰ ਇਹ ਦੇਖੋ ਕਿ ਪਿਛਲੇ ਮੈਂ ਤਕਰੀਬਨ 35-40 ਮਿੰਟ ਤੋਂ ਦੇਖ ਰਿਹਾ ਵਾਂ ਕਿ ਟਰੈਕਟਰ ਨਜ਼ਰ ਆ ਰਹੇ ਨੇ ਔਰ 1000 ਤੋਂ ਵੱਧ ਟਰੈਕਟਰ ਜਿਹੜੇ ਨੇ ਇੱਥੋਂ ਨਿਕਲ ਚੁੱਕੇ ਨੇ, ਔਰ ਇੱਕ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ, ਯਾਨੀ ਕਿ ਅਰਜਨ ਟਰੈਕਟਰ ਹੈ ਮਹਿੰਦਰਾ ਦਾ, ਇਸ ਦੇ ਨਾਲ ਦੋ ਟਰਾਲੀਆਂ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਪਿੱਛੇ ਮੈਸੀ ਦਾ ਟਰੈਕਟਰ ਹੈ, ਮੈਸੀ ਦੇ ਟਰੈਕਟਰ ਦੇ ਨਾਲ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨ ਕੇ ਲਿਆਏ ਨੇ, ਯਾਨੀ ਕਿ ਜਿਹੜੇ ਪੱਕੇ ਇੰਤਜ਼ਾਮ ਕਰਨੇ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ। ਬਾਬਾ ਜੀ, ਮੈਸੀ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ ਜਿਹੜੀਆਂ ਖਿੱਚੀ ਲਿਆਉਂਦੇ ਹੋ, ਕੀ ਤਿਆਰੀ ਹੈ? ਬਿਲਕੁਲ, ਬਹੁਤ ਵੱਡੀ ਤਿਆਰੀ ਹੈ ਜੀ। ਲੋਕ ਇਹਨਾਂ ਸਰਕਾਰਾਂ ਤੋਂ ਅੱਗੇ ਪਏ ਆ, ਪਹਿਲੋਂ ਦਿੱਲੀ ਅੰਦੋਲਨ ਨੇ ਜੋ ਮੰਨੀਆਂ ਮੰਗਾਂ ਉਹ ਹੀ ਨਹੀਂ ਲਾਗੂ ਕਰ ਰਹੇ। ਕੀ ਇੱਕ ਟਰੈਕਟਰ ਨਾਲ ਦੋ ਦੋ ਟਰਾਲੀਆਂ ਲਿਆਉਂਦੀ ਕੀ ਲੋੜ ਪੈ ਗਈ? ਇਹ ਲੋਡ ਜੀ, ਆਪਾਂ ਪਤਾ ਨਹੀਂ ਕਿੰਨਾ ਜਿਹਾ ਚੱਲਣਾ, ਆਪਾਂ ਖਰਚਾ ਵੀ ਬਚਾਉਣਾ ਵਾ, ਆਪਾਂ ਲੋਕਾਂ ਦਾ ਇੱਕ ਰੁਪਈਆ ਜਿਹੜਾ ਵਾ ਉਹਦੀ ਸਹੀ ਵਰਤੋਂ ਕਰ ਰਹੇ ਹਾਂ। ਇਹ ਨਹੀਂ ਵੀ ਆਪਾਂ ਨਜਾਇਜ਼ ਛੁਰਲੇ ਡਾ ਦਈਏ, ਰਾਸ਼ਨ ਪਾਣੀ ਵੀ ਨਾਲ ਆ, ਉਹ ਵੀ ਐਮਰਜੈਂਸੀ ਵੇਲੇ ਵਰਤਾਂਗੇ। ਹੁਣ ਇੱਥੇ ਰਾਤ ਚਾਨਚੱਕ ਹੀ ਰੁਕੇ ਆ, ਲਾਗੇ ਪਿੰਡਾਂ ਵਾਲਿਆਂ ਦਾ ਬੜਾ ਵੱਡਾ ਸਹਿਯੋਗ। ਮੈਸੀ ਟਰੈਕਟਰ ਦੋ ਟਰਾਲੀਆਂ ਖਿੱਚ ਲਿਆਉਂਦਾ, ਭਾਵੇਂ ਚਾਰ ਪਾ ਲਈਏ ਜੀ, ਭਾਵੇਂ ਚਾਰ ਵੀ ਖਿੱਚ ਲੂਗਾ, ਕੋਈ ਗੱਲ ਨੀ। ਔਰ ਕਿੰਨੇ ਦਿਨ ਦਾ ਇੰਤਜ਼ਾਮ ਲੈ ਕੇ ਚੱਲੇ ਹੋ? ਇਹ ਤਾਂ ਉਹਨਾਂ ਨੂੰ ਆਪਾਂ ਸਵਾਲ ਕਰ ਸਕਦੇ ਹਾਂ, ਮਸਲੇ ਹੱਲ ਕਰ ਦੇਣ, ਭਾਵੇਂ ਕੱਲ੍ਹ ਜਿੱਦਾਂ ਮੀਟਿੰਗ ਸੀ ਇੱਥੋਂ ਹੀ ਵਾਪਸ ਹੋ ਜਾਣਾ ਸੀ। ਦੇਖੋ, ਰਜਿੰਦਰ ਨੂੰ ਕਹੂੰਗਾ ਕਿ ਤਸਵੀਰ ਦਿਖਾਓ ਕਿ ਮੈਸੀ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ। ਇਸੇ ਤਰੀਕੇ ਦੀ ਤਸਵੀਰ ਤੁਹਾਨੂੰ ਹਰ ਟਰੈਕਟਰ ਦੇ ਉੱਤੇ ਨਜ਼ਰ ਆਏਗੀ। ਮਹਿੰਦਰਾ ਦਾ ਟਰੈਕਟਰ ਹੈ ਔਰ ਮਹਿੰਦਰਾ ਟਰੈਕਟਰ ਦੇ ਨਾਲ ਜਿਹੜਾ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ, ਕਿਉਂਕਿ ਪੱਕਾ ਇੰਤਜ਼ਾਮ ਕਰਨਾ ਵਾ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ, ਔਰ ਇਸੇ ਵਜ੍ਹਾ ਕਰਕੇ। ਔਰ ਇਹ ਦੇਖੋ ਕਿ ਮਹਿਲਾਵਾਂ ਵੀ ਤੁਹਾਨੂੰ ਟਰੈਕਟਰ ਦੇ ਵਿੱਚ ਨਜ਼ਰ ਆਉਣਗੀਆਂ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਤਿਆਰੀ ਹੈ ਪੂਰੀ? ਕਿੰਨੇ ਦਿਨਾਂ ਲਈ ਆਏ ਹੋ? ਕਿੰਨੇ ਦਿਨਾਂ ਲਈ ਜਾ ਰਹੇ ਹੋ? ਮਹਿਲਾਵਾਂ ਵੀ, ਉਹਨਾਂ ਦੇ ਵਿੱਚ ਵੀ ਪੂਰਾ ਜੋਸ਼, ਪੂਰਾ ਉਤਸ਼ਾਹ ਜਿਹੜਾ ਵਾ ਉਹ ਨਜ਼ਰ ਆ ਰਿਹਾ ਵਾ। ਮੈਂ ਲਗਾਤਾਰ ਟਰੈਕਟਰਾਂ ਦਾ ਜ਼ਿਕਰ ਕਰ ਰਿਹਾ ਸੀ, ਇਹ ਦੇਖੋ ਕਿ ਇਹ ਫਾਰਮ ਟਰੈਕਟਰ ਹੈ, ਇਹਦੇ ਨਾਲ ਵੀ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨੇ, ਤਰਪੈਲਾਂ ਵਿਛਾਈਆਂ ਹੋਈਆਂ ਨੇ। ਔਰ 2020 ਵਾਲੀ ਤਸਵੀਰ ਦਾ ਜ਼ਿਕਰ ਮੈਂ ਕਿਉਂ ਵਾਰ ਵਾਰ ਕਰ ਰਿਹਾ, ਇਸ ਕਰਕੇ ਕਰ ਰਿਹਾ ਕਿ ਉਦੋਂ ਵੀ ਇੱਕ ਇੱਕ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਸੀਗੀਆਂ, ਰਾਸ਼ਨ ਦਾ ਪੂਰਾ ਇੰਤਜ਼ਾਮ ਸੀਗਾ, ਔਰ ਇਸੇ ਤਰੀਕੇ ਦਾ ਰਾਸ਼ਨ ਦਾ ਇੰਤਜ਼ਾਮ, ਲੰਗਰ ਦਾ ਇੰਤਜ਼ਾਮ ਜਿਹੜਾ ਵਾ ਉਹ ਕੀਤਾ। ਲੰਗਰ ਤਿਆਰ ਹੋ ਰਿਹਾ ਜੀ, ਲੰਗਰ ਤਿਆਰ ਹੋ ਰਿਹਾ, ਦਿੱਲੀ ਤੱਕ ਕਿੱਕਣੇ ਜਾਊਂਗੇ ਜੀ। ਕਿੰਨੇ ਦਿਨਾਂ ਲਈ ਜਾ ਰਹੇ ਹੋ? ਚਾਹੇ 5 ਸਾਲ ਵਾਸਤੇ ਬੁਲਾ ਲਵੇ ਮੋਦੀ, 5 ਸਾਲ ਵਾਸਤੇ ਜਾਣ ਨੂੰ ਤਿਆਰ ਹੈ। ਇੱਕ ਇੱਕ ਟਰੈਕਟਰ ਤੇ ਦੋ ਦੋ ਟਰਾਲੀਆਂ ਜਿਹੜੀਆਂ ਉਹ ਬੰਨੀਆਂ ਹੋਈਆਂ? ਹਾਂਜੀ ਹਾਂ, ਇੱਕ ਚ ਲੰਗਰ ਹੈ, ਇੱਕ ਚ ਮੂਰੇ ਸਾਡੇ ਜਵਾਕ ਵੀ ਨਾਲੇ ਜਾ ਰਹੇ ਨੇ ਜੀ। ਜਿਹੜੇ ਕਿੰਨੇ ਪਿੰਡੋਂ ਕੌਣ ਕੌਣ ਆ ਰਿਹਾ? ਪਿੰਡੋਂ ਸਾਰੇ ਪਿੰਡ ਆ ਰਿਹਾ ਜੀ, ਕੋਈ ਪੂਰੀਆਂ ਫੈਮਿਲੀ ਆ ਰਹੀਆਂ। ਮੈਂ ਲੰਗਰ ਦਾ ਗੱਲ ਕਰ ਰਿਹਾ ਸੀ, ਪਾਣੀ ਦਾ ਇੰਤਜ਼ਾਮ ਕਰਕੇ ਵੀ ਜਿਹੜੇ ਨੇ ਇੱਥੇ ਕਿਸਾਨ ਪਹੁੰਚੇ ਨੇ, ਯਾਨੀ ਕਿ ਜਿਹੜੀ ਪੱਕੀ ਤਿਆਰੀ ਦਾ ਜ਼ਿਕਰ ਹੁੰਦਾ ਹੈ। ਦੇਖੋ ਕਿ ਪਿੱਛੇ ਪਾਣੀ ਦਾ ਇੰਤਜ਼ਾਮ ਜਿਹੜਾ ਵਾ ਉਸ ਦੇ ਲਈ ਬਕਾਇਦਾ ਤੌਰ ਤੇ ਟੈਂਕਰ ਜਿਹੜੇ ਨੇ ਉਹ ਨਾਲ ਲੈ ਕੇ ਚੱਲੇ ਨੇ, ਔਰ ਕੈਮਰੇ ਦੀ ਅੱਖ ਨਾਲ ਦੇਖੋ ਕਿ ਕਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ, ਟਰੈਕਟਰ ਹੀ ਟਰੈਕਟਰ ਨਜ਼ਰ ਆਣਗੇ। ਇੱਕ ਇੱਕ ਟਰੈਕਟਰ ਤੇ ਦੋ ਦੋ ਟਰਾਲੀਆਂ ਜਿਹੜੀਆਂ ਨੇ ਉਹ ਬੰਨੀਆਂ ਹੋਈਆਂ ਨਜ਼ਰ ਆਣਗੀਆਂ, ਔਰ ਕਹਿ ਰਹੇ ਨੇ ਕਿ ਅਸੀਂ ਹੁਣ ਪੱਕੇ ਇੰਤਜ਼ਾਮ ਕਰਕੇ ਚੱਲੇ ਹਾਂ, ਜਿੰਨਾ ਸਮਾਂ ਬਹਿਣਾ ਪਿਆ ਅਸੀਂ ਬੈਠਾਂਗੇ।
ਔਰ ਇਹ ਹਿੰਦੁਸਤਾਨ ਟਾਈਮ ਟਰੈਕਟਰ ਜਿਹੜਾ ਵਾ, ਹਿੰਦੁਸਤਾਨ ਹੋਰਾਂ ਦਾ ਟਰੈਕਟਰ ਜਿਹੜਾ ਵਾ, ਉਹ ਖਾਸ ਤੌਰ ਦੇ ਉੱਤੇ ਤਿਆਰ ਕਰਕੇ ਲੈ ਕੇ ਜਾ ਰਹੇ ਨੇ, ਔਰ ਪਿੱਛੇ ਜਿਹੜਾ ਵਾ ਤੁਹਾਨੂੰ ਅਰਜਨ ਟਰੈਕਟਰ ਉਹ ਨਜ਼ਰ ਆ ਰਿਹਾ ਹੋਵੇਗਾ, ਔਰ ਜਿਹੜੇ ਪੁਰਾਣੇ ਟਰੈਕਟਰ ਨੇ ਉਹ ਵੀ ਇਸੇ ਤਰੀਕੇ ਦੇ ਨਾਲ ਚੱਲ ਰਹੇ ਨੇ। ਤਾਂ ਪੂਰੀ ਤਿਆਰੀ ਦੇ ਨਾਲ ਇਸ ਵੇਲੇ ਕਿਸਾਨ ਔਰ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਪੂਰੇ ਪਰਿਵਾਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਸਲਿਪ ਰੋਡ ਦਿਖਾ ਰਿਹਾ ਸੀ, ਇਹ ਨੈਸ਼ਨਲ ਹਾਈਵੇ ਹੈ ਜਿਹੜਾ ਦਿੱਲੀ ਨੂੰ ਜਾਂਦਾ ਹੈ। ਨੈਸ਼ਨਲ ਹਾਈਵੇ ਦੇ ਉੱਤੇ ਵੀ ਜਿਹੜੇ ਆ ਉਹ ਲਗਾਤਾਰ ਕਿਸਾਨ ਜਿਹੜੇ ਨੇ ਇੱਥੋਂ ਨਿਕਲ ਰਹੇ ਨੇ, ਉਹਨਾਂ ਦੇ ਟਰੈਕਟਰ ਨਿਕਲ ਰਹੇ ਨੇ, ਇੱਕ ਇੱਕ ਟਰੈਕਟਰ ਤੇ ਦੋ ਦੋ ਟਰਾਲੀਆਂ। ਔਰ ਹੁਣ ਤੱਕ ਇਹ ਕਿਹਾ ਜਾ ਰਿਹਾ ਸੀਗਾ ਕਿ 2020 ਵਾਲੀ ਤਾਕਤ ਸ਼ਾਇਦ ਦੇਖਣ ਨੂੰ ਨਾ ਮਿਲੇ, ਲੇਕਿਨ ਹੁਣ ਉਸੇ ਤਰੀਕੇ ਦੀ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਅਰਜਨ ਟਰੈਕਟਰ ਜਿਹੜਾ ਉਹ ਨਜ਼ਰ ਆ ਰਿਹਾ, ਔਰ ਤਰਪਾਲਾਂ ਜਿਹੜੀਆਂ ਨੇ ਉਹ ਵਿਛਾਈਆਂ ਨੇ ਹਰ ਪਾਸੇ। ਜਿਹੜਾ ਵਾ ਕਾਫੀ ਉਤਸ਼ਾਹ ਕਿਸਾਨਾਂ ਦੇ ਵਿੱਚ ਜਿਹੜਾ ਇਸ ਵੇਲੇ ਨਜ਼ਰ ਆ ਰਿਹਾ, ਔਰ ਕਹਿ ਰਹੇ ਨੇ ਕਿ ਹੁਣ ਅਸੀਂ ਪੱਕੇ ਤੌਰ ਤੇ ਜਾ ਰਹੇ ਹਾਂ, ਜਦੋਂ ਤੱਕ MSP ਦਾ ਕਾਨੂੰਨ ਨਹੀਂ ਬਣੇਗਾ ਉਦੋਂ ਤੱਕ ਅਸੀਂ ਉਸੇ ਤਰੀਕੇ ਦੇ ਨਾਲ ਇੱਥੇ ਰਵਾਂਗੇ, ਇੱਥੇ ਡਟੇ ਰਵਾਂਗੇ। ਦਿੱਲੀ ਦੇ ਵਿੱਚ ਕੂਚ ਕਰ ਰਹੇ ਨੇ, ਤਾਂ ਇਹ ਤਸਵੀਰਾਂ ਦੇਖੋ, ਜਿੱਥੇ ਤੱਕ ਕੈਮਰੇ ਦੀ ਅੱਖ ਜਾਂਦੀ ਹੈ ਉੱਥੋਂ ਤੱਕ ਤੁਹਾਨੂੰ ਲਗਾਤਾਰ ਟਰੈਕਟਰ ਹੀ ਟਰੈਕਟਰ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ। ਔਰ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਵਾ ਉਹ ਨਜ਼ਰ ਆ ਰਿਹਾ, ਪਿੱਛੇ ਬਜ਼ੁਰਗ ਬਿਠਾਏ ਹੋਏ ਨੇ, ਮਹਿਲਾਵਾਂ ਬਿਠਾਈਆਂ ਹੋਈਆਂ ਨੇ, ਬੱਚੇ ਬੈਠੇ ਨੇ, ਔਰ ਇੱਥੋਂ ਦੀਆਂ ਤਸਵੀਰਾਂ ਜਿਹੜੀਆਂ ਵਾ ਫਤਿਹਗੜ੍ਹ ਸਾਹਿਬ ਦੀਆਂ ਦਿਖਾ ਰਹੇ ਹਾਂ।